ਤੇ ਉਸ ਦੇ ਡਰਾਈਵਰ ਵੱਲੋਂ ਤੇਜਿੰਦਰਪਾਲ ਸਿੰਘ ਦਾ ਕਤਲ ਕਰਕੇ ਮੌਤ ਦੇ ਘਾਟ ਉਤਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਕਪੂਰਥਲਾ ਦੇ ਨਜ਼ਦੀਕ ਪਿੰਡ ਗੁਡਾਣਾ ਦੇ ਰਹਿਣ ਵਾਲੇ ਤੇਜਿੰਦਰਪਾਲ ਸਿੰਘ ਦੀ ਉਮਰ 24 ਸਾਲ ਸੀ ਅਤੇ ਤੇਜਿੰਦਰਪਾਲ ਸਿੰਘ ਦੇ ਭਰਾ ਨਾਲ ਮਹੰਤਾਂ ਦੀ ਦੋਸਤੀ ਪਾਈ ਜਾਂਦੀ ਹੈ ਅਤੇ ਫਿਰ ਤੇਜਿੰਦਰਪਾਲ ਨੂੰ ਮਹੰਤਾਂ ਤੇ ਉਸ ਦੇ ਡਰਾਈਵਰ ਵੱਲੋਂ ਘਰੋਂ ਲਿਜਾਇਆ ਜਾਂਦਾ ਹੈ। ਤੇਜਿੰਦਰਪਾਲ ਫੋਨ ਕਰਕੇ ਆਪਣੇ ਘਰਦਿਆਂ ਨੂੰ ਦੱਸਦਾ ਹੈ ਕਿ ਉਹ ਮੈਨੂੰ ਨਕੋਦਰ ਵਾਲੀ ਸਾਈਡ ਤੇ ਲੈ ਗਏ ਹਨ। ਇਸ ਤੋਂ ਬਾਅਦ ਮਹੰਤਾ ਤੇ ਉਸ ਦੇ ਡਰਾਈਵਰ ਵੱਲੋਂ ਤੇਜਿੰਦਰਪਾਲ ਸਿੰਘ ਦਾ ਕਤਲ ਕਰ ਦਿੱਤਾ ਜਾਂਦਾ ਹੈ। ਕਤਲ ਕਰਨ ਤੋਂ ਬਾਅਦ ਮਹੰਤਾ ਉਹਨਾਂ ਦੇ ਘਰ ਫੋਨ ਕਰਦੇ ਹਨ ਕਿ ਤੁਹਾਡੇ ਮੁੰਡੇ ਨੂੰ ਦੌਰਾ ਪੈ ਗਿਆ ਅਤੇ ਉਸ ਨੂੰ ਅੰਮ੍ਰਿਤਸਰ ਲੈ ਕੇ ਜਾ ਰਹੇ ਹਾਂ। ਪਰਿਵਾਰ ਵੱਲੋਂ ਅੰਮ੍ਰਿਤਸਰ ਥਾਣੇ ਵਿੱਚ ਉਹਨਾਂ ਤੇ FIR ਦਰਜ ਕਰਵਾਈ ਜਾਂਦੀ ਹੈ ਅਤੇ ਪੁਲਿਸ ਵੱਲੋਂ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਮਹੰਤ ਇਸ ਵੇਲੇ ਫਰਾਰ ਦੱਸਿਆ ਜਾਂਦਾ ਹੈ। ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਤੇ ਵੀਰ ਜੀ, ਜਿਹੜਾ ਅੱਜ ਤੁਹਾਡੇ ਭਰਾ ਦੀ ਡੈਥ ਹੋਈ ਹੈ ਉਹਦਾ ਕੀ ਕਾਰਨ? ਕੱਲ ਭਾਜੀ ਉੱਥੇ ਮੇਰੇ ਕੋਲ ਰੁਕੇ ਇੱਕ ਮੁੰਡਾ ਤੇ ਇੱਕ ਬਾਬਾ ਜੀ। ਕੌਣ ਬਾਬਾ ਜੀ ਕੌਣ? ਉਹਦਾ ਨਾਂ ਨਹੀਂ ਪਤਾ, ਉੱਥੇ ਰਸ ਪੀਣ ਰੁਕੇ ਤੇ ਉਹ ਨਾ ਮੇਰੇ ਕੋਲ ਨੰਬਰ ਲਿਆ ਤੇ ਘਰੇ ਆ ਗਏ ਤੇ ਉਹ ਆਣ ਕੇ ਤੈਨੂੰ ਰਾਤ ਨੂੰ ਲਗੇ ਘਰੋਂ ਆਣ ਕੇ ਤੇ ਫਿਰ ਬਾਅਦ 'ਚ ਉਹਦਾ ਪਤਾ ਨਹੀਂ ਕੀ ਕੀਤਾ ਇਹਦੇ ਨਾਲ ਜਾ ਕੇ ਉੱਥੇ। ਜਿਨ੍ਹਾਂ ਦੀ ਡੈਥ ਹੋਈ ਆ ਉਹਦਾ ਕੀ ਕਾਰਨ? ਇਹਦਾ ਕਾਰਨ ਹੈਗਾ ਭਾਜੀ ਕਿ ਉਹ ਮੁੰਡੇ ਨੂੰ ਇਹਨੂੰ ਪਹਿਲਾਂ ਜਾਣਦੇ ਸੀ, ਕੱਲ੍ਹ ਮੁੰਡੇ ਨੂੰ ਭਾਣਜੇ ਨੂੰ ਇੱਥੋਂ ਛੋਟੇ ਨੂੰ ਤੇਜਿੰਦਰ ਦੇ ਨੂੰ ਅਤੇ ਇੱਥੋਂ ਆਣ ਕੇ ਕੱਲ੍ਹ ਇਹਤੋਂ ਫੋਨ ਕਰਾਇਆ ਘਰੇ। ਕਿਹਨਾਂ ਨੇ ਫੋਨ ਕਰਾਇਆ? ਇੱਕ ਮਹੰਤ ਸੀਗਾ, ਇੱਕ ਮੁੰਡਾ ਹਿਮਾਚਲ ਦਾ ਆ, ਇੱਕ ਡਰਾਈਵਰ ਸੀਗਾ ਅਤੇ ਗੱਡੀ ਚੰਡੀਗੜ੍ਹ ਦੀ ਆ ਅਤੇ ਮਹੰਤ ਹੈਗੇ ਇੱਥੇ ਹਿਮਾਚਲ ਦੇ ਹੀ ਆ। ਨਹੀਂ, ਮੁੰਡਾ ਹਿਮਾਚਲ ਦਾ ਅਤੇ ਮਹੰਤ ਹੈਗੇ ਆਪਣੇ ਕਪੂਰਥਲੇ ਦੇ। ਉਹਨਾਂ ਦਾ ਨਾਮ ਕੀ ਆ ਜਿਨ੍ਹਾਂ ਵੱਲੋਂ ਲੈਖੜ ਲੈ ਕੇ ਗਿਆ ਇਹਨੂੰ ਘਰੋਂ? ਉਹਨਾਂ ਦਾ ਨਾਮ ਕੀ ਆ ਮਹੰਤ ਦਾ? ਉਹਦਾ ਮਹੰਤ ਦਾ ਤਾਂ ਮੈਨੂੰ ਪਤਾ ਨਹੀਂ, ਮੈਂ ਇੱਦਾਂ ਮਹੰਤ ਹੀ ਕਹਿੰਦੇ ਆ ਉਹਨਾਂ ਨੂੰ ਤਾਂ। ਬਾਬਾ ਜੀ, ਮੌਤ ਦਾ ਕੀ ਕਾਰਨ ਹੈ, ਇਹ ਕਿਸ ਤਰ੍ਹਾਂ ਦੇਖਦੇ ਹੋ? ਇਹ ਮੌਤ ਦਾ ਕਾਰਨ ਇਹ ਆ ਕਿ ਇਹ ਮੁੰਡਾ ਬੋਬੀ ਇਹਨੂੰ ਗੱਡੀ 'ਚ ਲਿਆਉਣ ਵਾਸਤੇ ਆਏ ਆ ਦੋ ਤਿੰਨ ਬੰਦੇ, ਉਹ ਅੰਮ੍ਰਿਤਸਰ ਦੇ ਬੰਦੇ ਆ, ਉਹਨਾਂ ਨੂੰ ਪਹਿਲਾਂ ਨਹੀਂ ਜਾਣਦਾ ਹੈ। ਇਹ ਸ਼ਾਮਾਂ ਦਾ ਟਾਈਮ ਆ, ਕੁਝ 6 ਵਜੇ ਦਾ ਟਾਈਮ ਸੀਗਾ, ਇਹਨੂੰ ਇੱਥੋਂ ਲੈ ਗਏ ਆ ਅਤੇ ਜਦੋਂ ਕੁਝ 2 ਘੰਟੇ ਬਾਅਦ ਘਰ ਦਾ ਫੋਨ ਕੀਤਾ ਵਾ ਅਤੇ ਉਹ ਕਹਿੰਦੇ ਵੀ ਇਹ ਹੈ ਨਹੀਂ ਗਾ, ਇੱਥੇ ਸੁੱਤਾ ਪਿਆ, ਉਹਨਾਂ ਇਹੋ ਜਿਹਾ ਕੋਈ ਬਹਾਨਾ ਕਿਉਂ ਮਾਰਿਆ ਅਤੇ ਇਹਦੀ ਮੌਤ ਦਾ ਕਾਰਨ ਇਹੋ ਜਿਹਾ ਵੀ ਉਹਨਾਂ ਨੂੰ ਖਤਮ ਕੀਤਾ ਗਿਆ ਇਹਦਾ। ਅਤੇ ਪ੍ਰਸ਼ਾਸਨ ਤੋਂ ਅਸੀਂ ਮੰਗ ਇਹੋ ਕਰਦੇ ਹਾਂ ਵੀ ਇਨਸਾਫ ਚਾਹੀਦਾ, ਜਿਹੜੇ ਦੋਸ਼ੀ ਆ ਉਹ ਫੜੇ ਜਾਣੇ ਚਾਹੀਦੇ ਆ, ਗ੍ਰਿਫਤਾਰ ਹੋਣੇ ਚਾਹੀਦੇ ਆ ਜੀ, ਇਹੋ ਸਾਡੀ ਮੰਗ ਆ। ਇਹ ਮੁੰਡਾ ਬੜਾ ਨਾਇਸ, ਬੜਾ ਭੋਲਾ ਭਾਲਾ ਮੁੰਡਾ ਸੀਗਾ ਅਤੇ ਪਰਿਵਾਰ ਬੜਾ ਗਰੀਬ ਆ, ਬਹੁਤ ਗਰੀਬ ਪਰਿਵਾਰ ਆ ਅਤੇ ਇਹ ਜਿਹੜਾ ਘਟਨਾ ਵਾਪਰੀ ਹੈ ਬਹੁਤ ਮਾੜੀ ਘਟਨਾ ਵਾਪਰੀ ਆ, ਇੱਦਾਂ ਹੋਣਾ ਨਹੀਂ ਸੀ ਚਾਹੀਦਾ ਜੋ ਪਰਿਵਾਰ ਨਾਲ ਹੋਇਆ। ਇਹ ਬਹੁਤ ਹਾਦਸਾ, ਖਤਰਨਾਕ ਹਾਦਸਾ ਹੋਇਆ, ਪਰਿਵਾਰ ਨਾਲ ਬਹੁਤ ਮਾੜੀ ਹੋਈ ਆ ਅਤੇ ਇਹ ਮੌਤ ਦਾ ਜਿਹੜਾ ਕਾਰਨ ਆ ਇਹੋ ਹੀ ਆ ਵੀ ਇਹਨੂੰ ਜਿਹੜੇ ਬੰਦੇ ਲੈ ਗਏ ਇੱਥੋਂ, ਇਹ ਬਹੁਤ ਇੱਕ ਭੋਲਾ ਭਲਾ ਪਰਿਵਾਰ ਦਾ ਬੱਚਾ, ਇਹ ਬੜਾ ਧੱਕਾ ਲੱਗਾ ਵਾ ਅਤੇ ਇਹ ਪ੍ਰਸ਼ਾਸਨ ਤੋਂ ਅਸੀਂ ਇਹੋ ਮੰਗ ਕਰਦੇ ਹਾਂ ਵੀ ਇਹਦੀ ਜਿਹੜੀ ਸਾਨੂੰ ਇਹ ਇਨਸਾਫ ਚਾਹੀਦਾ, ਇਹਦੀ ਮੌਤ ਦਾ ਇਨਸਾਫ ਚਾਹੀਦਾ ਸਾਨੂੰ। ਜਿਨ੍ਹਾਂ ਦੀ ਮੌਤ ਹੋਈ ਉਹ ਤੁਹਾਡੇ ਕੀ ਲੱਗਦੇ ਆ? ਮੇਰਾ ਭਰਾ ਵਾ, ਮੇਰੇ ਤੋਂ ਵੱਡਾ। ਕੀ ਕਾਰਨ ਇਹਨਾਂ ਦੀ ਮੌਤ ਦਾ? ਇਹਨਾਂ ਦੀ ਕਾਰਨ ਦਾ ਮੌਤ ਆ ਭਾਜੀ ਕਿ ਜਿਹੜੇ ਹੈ ਨਾ ਗੱਡੀ 'ਚ 2 ਜਣੇ ਆਏ, ਇੱਕ ਹੀ ਮਹੰਤ ਅਤੇ ਇੱਕ ਹੀ ਉਹਦੀ ਗੱਡੀ ਦਾ ਡਰਾਈਵਰ ਅਤੇ ਸਾਡੇ ਘਰ ਆਏ, ਘਰ ਇਹਨੂੰ ਜਾਣਦੇ ਹੋਣਗੇ ਪਹਿਲਾਂ ਤੋਂ ਕਿ ਨਹੀਂ, ਅਤੇ ਸਾਡੇ ਘਰ ਆਏ ਕਹਿੰਦੇ ਅਸੀਂ ਜਾਣਾ ਵਾ ਕਰਤਾਰਪੁਰ ਅਤੇ ਕਰਤਾਰਪੁਰ ਦਾ ਕਹਿ ਕੇ ਮੁੰਡੇ ਨੇ ਆਹ ਫੋਨ ਲਾ ਕੇ ਦੱਸਿਆ, ਕਹਿੰਦਾ ਮੈਨੂੰ ਕਰਤਾਰਪੁਰ ਨਹੀਂ, ਮੈਨੂੰ ਨਕੋਦਰਾਂ ਨੂੰ ਲਿਜਾਣਦੇ ਆ। ਅਤੇ ਬਾਅਦ 'ਚ ਜਦੋਂ ਅਸੀਂ ਫੋਨ ਲਾਇਆ ਤਾਂ ਉਹ ਫੋਨ ਸੀਗਾ ਮਹੰਤ ਤੋਂ, ਇਹਦੇ ਤੋਂ ਫੋਨ ਖੋਲ੍ਹਿਆ ਉਹਨਾਂ ਨੇ ਅਤੇ ਬਾਅਦ 'ਚ ਜਦੋਂ ਫੋਨ ਨਹੀਂ ਚੱਕਿਆ ਅਤੇ ਸਾਨੂੰ ਨਾ ਥੋੜ੍ਹੇ ਚਿਰ ਬਾਅਦ ਪਤਾ ਲੱਗਾ, ਉਹ ਕਹਿੰਦਾ ਕਿ ਤੁਹਾਡਾ ਨਾ ਜਿਹੜਾ ਤੇਰਾ ਭਰਾ ਇਹ ਹੋਸ਼ 'ਚ ਨਹੀਂ ਆ, ਇਹਨੂੰ ਪਤਾ ਨਹੀਂ ਕੀ ਹੋਇਆ। ਅਤੇ ਸਾਨੂੰ ਬਾਅਦ 'ਚੋਂ ਪਤਾ ਜਦੋਂ ਡਰਾਈਵਰ ਨੇ ਦੱਸਿਆ, ਡਰਾਈਵਰ ਕਹਿੰਦਾ ਕਿ ਇਹ 5 ਮਹੰਤ ਦੇ ਨਾਲ ਹੋਰ ਵੀ ਬੰਦੇ ਸੀਗੇ, 4-5 ਜਣੇ ਅਤੇ ਤੁਹਾਡਾ ਬੰਦਾ ਇਕੱਲਾ ਸੀਗਾ। ਅਤੇ ਉਹ ਕਹਿੰਦਾ ਮੈਂ ਗੱਡੀ 'ਚ ਸੀਗਾ ਅਤੇ ਇਹਨੂੰ ਅੰਦਰ ਲੱਗੇ, ਇਹਦੇ ਨਾਲ ਪਤਾ ਨਹੀਂ ਕੀ ਕੀਤਾ ਅਤੇ ਕਹਿੰਦਾ ਬਾਅਦ 'ਚੋਂ ਇੱਦਾਂ ਹੀ ਲਿਆ ਕੇ ਨਾ ਮੈਂ ਇੱਦਾਂ ਹੀ ਲਿਆ ਕੇ ਮੇਰੀ ਗੱਡੀ 'ਚ ਬਹਾਤਾ। ਅਤੇ ਜਦੋਂ ਕਹਿੰਦਾ ਮੈਂ ਗੱਡੀ 'ਚ ਬਹਾਇਆ ਤਾਂ ਮੈਨੂੰ, ਮੈਂ ਸੁੱਤਾ ਸੀਗਾ, ਡਰਾਈਵਰ ਉਹਦਾ ਸੁੱਤਾ ਸੀ ਗੱਡੀ 'ਚ, ਕਹਿੰਦਾ ਜਦੋਂ ਮੈਨੂੰ ਜਾਗ ਆਈ ਤਾਂ ਮੈਨੂੰ ਮਹੰਤ ਕਹਿਣ ਲੱਗਾ ਕਿ ਇਹ ਸੁੱਤਾ ਵਾ ਤੈਨੂੰ ਨਾ ਇਹਦੇ ਘਰੇ ਛੱਡਿਆ। ਅਤੇ ਜਦੋਂ ਉਹ ਰਾਹ 'ਚੋਂ ਆਉਂਦਿਆ ਸੀਗਾ ਅਤੇ ਜਦੋਂ ਉਹਨੇ ਦੇਖਿਆ ਕਿ ਉਹਨੇ ਚੈੱਕ ਕੀਤਾ ਇਹਨੂੰ ਕਰੀ, ਕਹਿੰਦੇ ਮਰਿਆ ਪਿਆ ਸੀਗਾ। ਅਤੇ ਉਹਨੇ ਡਰਾਈਵਰ ਨੇ ਸਾਨੂੰ ਫੋਨ ਕੀਤਾ ਕਿ ਤੁਹਾਡੇ ਨਾ ਮੁੰਡੇ ਦੀ ਇੱਦਾਂ ਇੱਦਾਂ ਡੈਥ ਹੋ ਗਈ ਆ ਅਤੇ ਤੁਸੀਂ ਅੰਮ੍ਰਿਤਸਰ ਆ ਜਾਓ। ਅਤੇ ਅਸੀਂ ਅੰਮ੍ਰਿਤਸਰ ਗਏ ਅਤੇ ਉੱਥੇ ਮਹੰਤ ਨੇ ਸਾਨੂੰ ਟੱਕਰਿਆ, ਸਾਨੂੰ ਉਹਦੀ ਗੱਡੀ ਦਾ ਡਰਾਈਵਰ ਹੀ ਦੱਸਿਆ।
तो ड्राइवर ने सानू सारा दस्या की गल हुई आ, मतलब इन्ने जाने ने इहदा कतल किया वा किथे किया वा। ਪ੍ਰਸ਼ਾਸਨ ਤੋਂ ਕੀ ਮੰਗ ਆ? ਮੰਗ ਇਹੀ ਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ।